ਰਾਮਦਾਸ ਜੀ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਆਏ ਸੀਗੇ। ਕਦੋਂ ਦਾ ਬੱਚੇ ਦਾ ਵਰਤ ਹੋਇਆ ਉਦੋਂ ਤਮੰਨਾ ਸੀਗੀ ਵੀ ਕਦੋਂ ਵੀ ਥੋੜ੍ਹਾ ਟਾਈਮ ਲੱਗੇ ਤਾਂ ਮਹਾਰਾਜ ਤੋਂ ਆਸ਼ੀਰਵਾਦ ਲੈ ਕੇ ਆਈਏ, ਤਾਂ ਉਸੇ ਤਮੰਨਾ ਨੂੰ ਅੱਜ ਪੂਰੀ ਕਰਨ ਲਈ ਗੁਰੂ ਦੇ ਘਰ ਪਹੁੰਚੇ। ਬਾਪੂ ਜੀ, ਸੁਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ, ਤਾਂ ਤੁਸੀਂ ਕਿਵੇਂ ਦੇਖਦੇ ਹੋ? ਸੁਰਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋ ਗਈ ਆ, ਤਾਂ ਤੁਸੀਂ ਕਿਵੇਂ? ਲੋਕ ਸਭਾ ਚੁਣਾਵ ਵੀ ਆ ਗਏ ਉੱਪਰੋਂ। ਬਹੁਤ ਮਾੜੀ ਗੱਲ ਹੋ ਗਈ, ਮੈਂ ਤਾਂ ਉਹਨੂੰ ਬਹੁਤ ਪੜਿਆ। ਬਾਪੂ ਜੀ, ਲੋਕ ਸਭਾ ਚੋਣ ਆ ਗਏ, ਤੁਸੀਂ ਕਿਉਂ ਨੀ ਲੋਕ ਜੋ ਕਿਉਂਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜੇ ਸਪੋਰਟਰ ਵੀ ਹੈਗੇ, ਫੈਨ ਹੈਗੇ, ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ, ਤਾਂ ਤੁਸੀਂ ਚੋਣ ਕਿਉਂ ਨੀ ਲੜੇ? ਬੇਟਾ, ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਔਫਰ, ਪਰੰਤੂ ਮੈਂ ਮੇਰੀ ਘਰੇਲੂ ਪੋਜੀਸ਼ਨ ਇਸ ਸਮੇਂ ਬੱਚਾ ਲੈਣਾ ਸੀ, ਕੁਛ ਮੇਰਾ ਜਿਹੜਾ ਆਪਣਾ ਘਰ ਦਾ ਸਿਸਟਮ ਹੈ, ਸਿੱਧੂ ਦੇ ਮਿਊਜ਼ਿਕ ਦਾ ਕੰਮ ਹੈ, ਸਾਰੇ ਖਿਲ ਰਿਹਾ ਪਿੱਲਰ ਦੇ, ਤਾਂ ਮੈਨੂੰ ਥੋੜ੍ਹਾ ਜਿਹਾ ਪਰਿਵਾਰ ਨੂੰ ਸਾਡੇ ਆਪਦੇ ਨਿੱਜੀ ਕਾਰੋਬਾਰ ਨੂੰ ਸਮਾਂ ਦੇਣ ਦੀ ਲੋੜ ਸੀ। ਉਹਦਾ ਕਰਕੇ ਇੱਕ ਮੈਂ ਫਿਜ਼ੀਕਲੀ ਥੋੜ੍ਹਾ ਜਿਹਾ ਇੰਨਾ ਜ਼ਿਆਦਾ ਫਿੱਟ ਨਹੀਂ ਸੀ, ਤਾਂ ਮੈਨੂੰ ਲੱਗਿਆ ਵੀ ਮੈਂ ਜੇ ਇਲੈਕਸ਼ਨ ਤਾਂ ਆਉਂਦੇ ਰਹਿੰਦੇ ਨੇ, ਕੋਈ ਗੱਲ ਕਰੇ ਫਿਰ ਵੇਖ ਲਾਂਗੇ, ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮਜ਼ਬੂਤ ਕਰਨਾ ਥੋੜ੍ਹਾ ਜ਼ਿਆਦਾ। ਬਾਪੂ ਜੀ, ਰਾਜਾ ਵੜਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ, ਤਾਂ ਲੁਧਿਆਣੇ ਤੋਂ ਚੋਣ ਲੜ ਰਹੇ ਨੇ, ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਕਰੋਗੇ? ਬਿਲਕੁਲ ਕਰਾਂਗੇ ਜੀ, ਜਿੰਨਾ ਕੁ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਜੀ, ਸਾਰਿਆਂ ਨਾਲ ਹੀ ਹੈ, ਆਪਣੇ ਚਾਹੇ ਚੰਨੀ ਸਾਹਿਬ ਹੋਣ, ਬਾਈ ਵੜਿੰਗ ਹੋਣ, ਪਾਰਟੀ ਨਾਲ ਸਾਰਿਆਂ ਨਾਲ ਵਧੀਆ। ਬਸ ਇਹੀ ਮਹਾਰਾਜ ਦਾ ਆਸ਼ੀਰਵਾਦ ਲੈਣਾ ਸੀ ਅੱਗੇ, ਔਰ ਇੱਥੋਂ ਤਾਂ ਜ਼ਿੰਦਗੀ ਸ਼ੁਰੂ ਗੁਰੂ ਦੇ ਦਰ ਤੋਂ ਹੀ ਹੁੰਦੀ ਹੈ, ਤਾਂ ਇਹਦਾ ਤਾਂ ਬਹੁਤ ਵੱਡਾ ਮਹੱਤਵ ਹੈ। ਕਾਫੀ ਚਿਰ ਦਾ ਸੋਚ ਰਿਹਾ ਸੀਗਾ ਵੀ ਆਸ਼ੀਰਵਾਦ ਲੈ ਕੇ ਆਈਏ, ਪਰੰਤੂ ਅੱਜ ਸਮਾਂ ਮਿਲਿਆ। ਬਾਪੂ ਜੀ, ਹਾਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ, ਤਾਂ ਕੀ ਮੰਗ ਕਰਦੇ ਗੁਰੂ ਦੇ ਦਰ ਤੇ? ਇੱਥੇ ਸਿੱਧੂ ਬਾਈ ਵੀ ਇੱਕ ਟਾਈਮ ਜੋ ਨਾਲ ਆਏ ਸੀਗੇ ਜਦੋਂ ਅਕਾਲ ਤਖ਼ਤ ਸਾਹਿਬ ਦੇ ਦਰਸ਼ਨ ਕਰੇ ਕਰ ਰਹੇ ਸੀਗੇ, ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ, ਤਾਂ ਅੱਜ ਤੁਸੀਂ ਜਿੱਦਾਂ ਆਏ ਹੋ ਛੋਟੇ ਨਿੱਕੇ ਸਿੱਧੂ ਨੂੰ ਆਏ ਹੋ, ਤਾਂ ਅੱਜ ਮਨ ਚ ਕੀ ਹੈ, ਕੀ ਜੋ ਕੇਂਦਰ ਤੇ ਸਰਕਾਰ ਤੋਂ ਕੀ ਮੰਗ ਕਰਦੇ ਹੋ, ਕਿਉਂਕਿ ਹਜੇ ਤੱਕ ਇਨਸਾਫ ਕੋਈ ਨਹੀਂ ਮਿਲਿਆ? ਇਨਸਾਫ ਦਾ ਤਾਂ ਤੁਸੀਂ ਜਿੱਥੇ ਤੱਕ ਸਟੇਟ ਦੀ ਗਵਰਨਮੈਂਟ ਆ, ਲਾਅ ਐਂਡ ਆਰਡਰ ਦੀ ਜਿਹੜੀ ਹਾਲਤ ਆ ਬਹੁਤ ਜ਼ਿਆਦਾ ਮਾੜੀ ਹੈ। ਦੇਖੋ, ਹੁਣ ਤੁਸੀਂ ਦੇਖਿਓ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਵੀ ਸਰਕਾਰ ਨੇ ਪੇਸ਼ ਕਰਤਾ ਵੀ ਸਾਡੀ ਗਲਤੀ ਦੇ ਨਾਲ ਸਿੱਧੂ ਦੀ ਮੌਤ ਹੋਈ, ਕਿਉਂਕਿ ਜੇ ਅਸੀਂ ਸਿਕਿਉਰਟੀ ਵਿਡਰਾ ਕੀਤੀ ਤਾਂ 24 ਆਵਰ ਦੇ ਵਿੱਚ ਉਹਦੀ ਜਿਹੜਾ ਉਹਦਾ ਕਤਲ ਕਰ ਦਿੱਤਾ, ਜਦਕਿ ਉਸ ਤੋਂ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗਨਮੈਨ ਤੋਂ ਸੀ, ਸਾਨੂੰ ਕਿਸੇ ਨੇ ਨੀ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਵੀ ਸਾਡੇ ਕੋਲ ਗਨਮੈਨ ਇੱਕ ਹੈਗੇ ਜਾਂ ਨਹੀਂ ਹੈਗੇ, ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ। ਔਰ ਮੈਂ ਤਿੰਨੇ ਜਿਹੜੇ ਅਫਸਰ ਸਾਹਿਬਾਨ ਦੇ ਵਿੱਚ ਆਉਂਦੇ ਸੀਗੇ, ਬਲਤੇਜ ਪੰਨੂ ਹੋ ਗਏ, ਮੀਡੀਆ ਸਲਾਹਕਾਰ ਆ ਮੈਡਮ ਰੋਸ਼ੀ ਹੋ ਗਈ, ਇੱਕ ਸਰ ਵਰਵਾ ਸਰ ਹੈ ਸਰ, ਇਹਨਾਂ ਨੇ ਸਾਰਿਆਂ ਦੇ ਇਸ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਸਿਕਿਉਰਟੀ ਵਿਡਰਾ ਕਰਕੇ ਉਹਨੂੰ ਕੀਤਾ ਸੀ ਵੀ ਉਹਦਾ ਨੁਕਸਾਨ ਹੋ ਜਾਵੇ। ਔਰ ਮੈਂ ਸੀਐਮ ਸਾਹਿਬ ਨੂੰ ਇਸ ਰਿਗਾਰਡਿੰਗ ਮਿਲ ਵੀ ਚੁੱਕੇ ਹਾਂ ਵੀ ਇਹਨਾਂ ਦੇ ਖਿਲਾਫ਼ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ, ਤੁਹਾਡੇ ਸਾਹਮਣੇ ਲਾਰੈਂਸ ਦੀ ਵੀਡੀਓ ਹੈ, 1.5 ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਡੀ ਦੇ ਵਿੱਚ, ਮਤਲਬ ਮੁਲਜ਼ਮ ਹੈ, 7 ਤੇ 8 ਤਰੀਕ ਦੀ ਰਾਤ ਨੂੰ ਜੇਲ੍ਹ ਤੋਂ ਬਾਹਰ ਰਹਿੰਦਾ, ਤਾਂ ਵੀਡੀਓ ਬਣ ਜਾਂਦੀ ਹੈ, ਪਬਲਿਸ਼ ਵੀ ਹੋ ਜਾਂਦੀ ਹੈ ਯੂਟਿਊਬ ਤੋਂ, ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਉਹਦੇ ਤੇ, ਮਾਨਯੋਗ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ, ਇਹਦਾ ਯੂਥ ਉੱਤੇ ਮਾੜਾ ਅਸਰ ਪੈ ਰਿਹਾ, ਪਰ ਫਿਰ ਵੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ, ਹਾਲੇ ਤੱਕ ਵੀ ਨਾਰੇ ਤੋਂ ਨਾਰਾ ਲਾਈ ਜਾਂਦੇ। ਮੈਨੂੰ ਤਾਂ ਇਹ ਲੱਗਦਾ ਵੀ ਇਸ ਇੱਕ ਨਕਸ਼ ਹੈ ਜਿਹਦੇ ਵੀ ਨਾਲ ਪੋਲੀਟੀਸ਼ੀਅਨ ਜਿਹੜੇ ਇਹ ਔਰ ਗੈਂਗਸਟਰ ਇਹ ਰਲੇ ਹੋਏ ਨੇ, ਗੈਂਗਸਟਰ ਕੇਵਲ ਵਰਤੇ ਜਾ ਰਹੇ ਨੇ, ਦਿਮਾਗ ਸਾਰਾ ਇਹਨਾਂ ਲੋਕਾਂ ਦਾ। ਗੌਰ ਜੀ, ਅੱਜ ਰਾਮਦਾਸ ਪਾਤਸ਼ਾਹ ਅੱਗੇ ਝੋਲੀ ਭਰ ਕੇ ਨਿਕਲੇ, ਇੱਥੇ ਕੋਈ ਖਾਲੀ ਨਹੀਂ ਮੁੜਦਾ, ਕੀ ਅਰਦਾਸ ਕੀਤੀ ਅੱਜ
ਇਨਸਾਫ ਮਿਲੇ ਮੂਸੇਵਾਲੇ ਨੂੰ ਤੇ ਦੂਜਾ ਛੋਟੇ ਬੱਚੇ ਦੀ। ਬੇਟਾ ਅਰਦਾਸ ਤਾਂ ਮੈਂ ਤਾਂ ਕਰ ਹੀ ਰਿਹਾ ਸੀ, ਪਰੰਤੂ ਇਸ ਮਾਮਲੇ ਦੇ ਵਿੱਚ ਕਿਸੇ ਸਾਰਿਆਂ ਨੇ, ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ, ਗੋਰੇ ਕਾਲਿਆਂ ਨੇ, ਸਭ ਦੀ ਅਰਦਾਸ ਨੇ ਤੁਹਾਡਾ ਰਾਮਦਾਸ ਜੀ ਨੇ ਪ੍ਰਵਾਨ ਕੀਤਾ, ਉਸਨੂੰ ਆਪਣੇ ਤੇ ਮਿਹਰ ਕੀਤੀ, ਆਪਾਂ ਨੂੰ ਦੁਬਾਰਾ ਫਿਰ ਬਸਦਿਆਂ ਦੇ ਵਿੱਚ ਕੀਤਾ, ਤਾਂ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਨ ਲੱਗੇ ਕਿ ਦਰਸ਼ਕੇ ਪਹੁੰਚੇ ਸੀ ਮਹਾਰਾਜ ਕਬੂਲ। ਤੁਸੀਂ ਗੀਤ ਕਿੰਨੇ ਕੁ ਸੁਣਦੇ ਹੋ ਮੂਸੇਵਾਲੇ ਦੇ, ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ, ਤੋਂ ਜ਼ਿਆਦਾ ਸੁਣਦੀ ਹੈ ਜਾਨ? ਬੇਟਾ ਮੈਂ ਐਕਚੁਅਲੀ ਜੇ ਮੈਂ ਸੱਚ ਬੋਲਿਆ ਨਾ, ਧਰਮ ਦੀ ਧਰਤੀ ਦੇ ਖੜਾ, ਮੈਂ ਹੁਣ ਉਹਦੇ ਗੀਤ ਸੁਣਦਾ ਮੈਂ ਇਮੋਸ਼ਨਲ ਹੋ ਜਾਂਦਾ, ਮੈਂ ਹੁਣ ਮੈਂ ਬਹੁਤ ਘੱਟ ਸੁਣਦਾ, ਕਿਉਂਕਿ ਜਦੋਂ ਉਹਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਭਰ ਆਉਂਦਾ, ਮੈਂ ਉਹਨੂੰ ਬਹੁਤ ਘੱਟ ਸੁਣ ਨਹੀਂ ਸਕਦਾ। ਮੈਂ ਤਾਂ ਹੁਣ ਯੂਟਿਊਬ ਵੀ ਬਹੁਤ ਘੱਟ ਵੇਖਣ ਲੱਗ ਗਿਆ, ਕਿਉਂਕਿ ਜਦੋਂ ਮੈਂ ਵੇਖਦਾ ਕਿਤੇ ਨਾ ਕਿਤੇ ਰੀਲਾਂ ਸਾਹਮਣੇ ਆਉਂਦੀਆਂ, ਕਿਤੇ ਹੋਰ ਇਲੈਕਸ਼ਨ ਦਾ ਸਪੀਚ ਕਰੀ ਜਾਂਦਾ, ਕਿਤੇ ਕੁਛ ਕਰੀ ਜਾਂਦਾ, ਇੱਕ ਬਾਪ ਹੋਣ ਦੇ ਨਾਤੇ ਮੈਂ ਕਈ ਵਾਰ ਦੱਬ ਜਾਂਦਾ, ਤਾਂ ਫਿਰ ਮੈਂ ਥੋੜ੍ਹਾ ਜਿਹਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਨਾ ਸੁਣਾ, ਤਾਂ ਫਿਰ ਮੈਂ ਜ਼ਿਆਦਾ ਵਧੀਆ ਢੰਗ ਨਾਲ ਰਹਿ ਲੈਂਦਾ। ਜੇ ਮੈਂ ਸੁਣਦਾ ਰਹਾਂ ਤਾਂ ਉਹ ਵੀ ਅਸਰ ਪਿਛੜਾ ਮਾ ਤੈਨੂੰ ਦਿਮਾਗ ਤੇ ਸਭ ਨਿੱਕਾ ਵੀਰ ਗਾਣੇ ਸੁਣਦਾ ਹੈ ਵੱਡੇ ਭਰਾ ਦੇ ਆਪਣੇ ਪ੍ਰਚਾਰ ਕੀਤਾ, ਹੁਣ ਫਿਰ ਚੋਣਾਂ ਨੇ ਕਿਤੇ ਨਾ ਕਿਤੇ ਸਮਾਂ ਯਾਦ ਆਉਂਦਾ ਚਿੱਟਾ ਚਿੱਟਾ ਪਜਾਮਾ ਪਾ ਕੇ ਪਾਈ ਖੜਾ ਸਾਰਾ, ਐਸੇ ਤਰੀਕੇ ਨਾਲ ਹੀ ਬਸ ਇੱਕ ਉਹ ਵਿਚਰਦਾ ਸੀਗਾ, ਪਰ ਉਹ ਰਾਜਨੀਤੀ ਬਾਰੇ ਬੜਾ ਵੱਡਾ ਕਿਸਾ ਤੋਂ ਲੈ ਕੇ ਚੱਲਿਆ ਸੀਗਾ, ਕਿਉਂਕਿ ਆਮ ਤੌਰ ਤੇ ਲੀਡਰਾਂ ਦੇ ਉੱਤੇ ਨਾ ਪੈਸਾ ਕਮਾਉਣ ਦੇ ਧੋਖਾ ਧੜੀਆਂ ਦੇ ਇਲਜ਼ਾਮ ਲੱਗਦੇ ਕਿ ਸਮਾਜ ਦੇ ਵਿੱਚ ਲੀਡਰਾਂ ਦੀ ਇੱਜ਼ਤ ਹੀ ਨਹੀਂ ਰਹੀ, ਇਹਦਾ ਕਰਕੇ ਪੈਸਾ ਜਾਣੀ ਕਿਤੇ ਨਾ ਕਿਤੇ ਨੂੰ ਬੋਲਦਾ। ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲ ਹੈਗਾ, ਹੈ ਨਾ, ਮੈਂ ਬਹੁਤ ਅੱਛੀ ਅਰਨਿੰਗ ਕਰ ਰਹੀ ਹਾਂ, ਤਾਂ ਜੇ ਮੈਂ ਜਾਵਾਂ ਤਾਂ ਇਹਦੇ ਚੋਂ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ, ਸ਼ਾਇਦ ਜੇ 5-4 ਸਾਲ ਰਹਿੰਦਾ ਤਾਂ ਤੁਹਾਨੂੰ ਇਹ ਚੀਜ਼ਾਂ ਸਾਹਮਣੇ ਆਉਣੀਆਂ ਸੀ। ਬਹੁਤ ਵੱਡਾ ਮਿਸ਼ਨ ਲੈ ਕੇ ਚੱਲਿਆ ਸੀ, ਪਿੱਛੇ ਜੀ ਖਬਰ ਆਈ ਕਿ ਗੁੰਡੀ ਬਰਾੜ ਦੀ ਜਿਹੜੀ ਮੌਤ ਹੋ ਚੁੱਕੀ ਹੈ, ਉਸ ਤੋਂ ਬਾਅਦ ਨਾਲ ਹੀ ਕਹਿੰਦੇ ਬੇਟਾ ਕਈ ਵਾਰੀ ਆਈ ਤਾਂ ਇਲੈਕਸ਼ਨ ਪਹਿਲਾਂ ਗੁਜਰਾਤ ਇਲੈਕਸ਼ਨ ਸੀ, ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ, ਤਾਂ ਇਹਨਾਂ ਗੱਲਾਂ 'ਚ ਪਿੱਛੇ ਆਈ ਗਈ।